सत श्री अकाल जी, मेरा नाम बिक्रमजीत मलेरकोटला। मैं इत्थे जद स्कूल बनी जान लग्या सी जद्दा आ रहे हैं जी अपने डैडी जी नाल मत्था टेकन गुरु जी दे चमकीला जी दे और सारिया संगतां दा दिनों तन धन्नवाद करते हैं जिहड़ियां हुम हुमा के संगत आईया ने दिलों धन्नवाद करते हैं। ਬਾਈ ਜੀ ਚਮਕੀਲਾ ਸਾਹਿਬ ਦੇ ਸੱਲੇ ਤੁਸੀਂ ਨਾ ਮੇਲੇ ਦਾ ਪੀੜੀ ਦਰ ਪੀੜੀ ਬਣਾ ਰਹੇ ਹੋ। ਹਾਂਜੀ ਹਾਂਜੀ, ਪੀੜੀ ਦਰ ਪੀੜੀ ਚੱਲ ਪਈ। ਹਾਂਜੀ, ਤੇ ਕਿੰਨਾ ਕਿਤਾ ਹੋ ਗਿਆ ਸੱਲੇ ਬਣਾਉਂਦੇ ਨੂੰ? ਛੱਲੇ ਬਣਾਉਂਦੇ ਨੂੰ ਜੀ ਵੀ 99 ਤੋਂ ਬਣਾ ਰਹੇ ਆ, ਪਹਿਲਾਂ ਡੈਡੀ ਕਰਦੇ ਹੁੰਦੇ 1999 ਤੋਂ। ਹਾਂਜੀ ਹਾਂਜੀ 1999 ਤੋਂ। ਜੀ 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 1999। ਇਹ ਤੁਹਾਡੇ ਖਿਆਲ ਦਿਮਾਗ ਦੇ ਵਿੱਚ ਕਿਵੇਂ ਆਇਆ ਵੀ ਚਮਕੀਲਾ ਸਾਹਿਬ ਦੇ ਸੱਲੇ ਬਣਾ ਦਈਏ? ਅਸੀਂ ਸੋਚਿਆ ਵੀ ਇਸ ਰੂਪ ਘਰ ਘਰ ਪਹੁੰਚਾਉਣਾ ਚਾਹੀਦਾ। ਜੀ ਜੀ ਜੀ। ਫਿਰ ਸਾਨੂੰ ਕੋਈ ਹੋਰ ਆਈਡੀਆ ਆਇਆ ਨਹੀਂ ਹੈਗਾ, ਅਸੀਂ ਨਾਲੇ ਸਾਡੀ ਆਪਦੀ ਪੂੰਜੀ ਦੇ ਹਿਸਾਬ ਨਾਲ ਇਹ ਪੀਸ ਤਿਆਰ ਕਰਵਾ ਲਏ ਔਰ ਉਹਦੇ ਹਿਸਾਬ ਨਾਲ ਹੀ ਲਾਗਤ ਰੱਖੀ ਆ। ਕੋਈ ਇਹ ਨਹੀਂ ਹੈਗਾ ਕਮਾਈ। ਇਸ ਵਾਰੀ ਫਿਰ ਸੱਲੇ ਬਣਾਏ? ਹਾਂਜੀ ਸੱਲੇ ਬਣਵਾਏ। ਕਿਹੜੇ ਆ? ਇਹ ਦੇਖੋ, ਇਹ ਪੋਜ ਦੀ ਡਿਮਾਂਡ ਬਹੁਤ ਸੀ। ਦੱਸੋ ਜੀ। ਹਾਂਜੀ ਹਾਂਜੀ, ਇੱਕ ਲੋਕਟ ਬਣਾਇਆ ਬਾਹਰਲੇ NRI ਵੀਰ ਬਹੁਤ ਮੰਗ ਰਹੇ ਨੇ, ਇੱਕ ਆ ਲੋਕਟ। ਲੋਕਟ ਵੀ ਬਣਾਇਆ ਨੂੰ? ਹਾਂਜੀ ਹਾਂਜੀ, ਇੱਕ ਆ ਲੋਕਟ ਬਣਾਇਆ। ਦੋਨਾਂ ਦੇ ਸਨੈਪ ਇੱਕੋ ਹੀ ਆ? ਹਾਂਜੀ ਹਾਂਜੀ, ਸਨੈਪ ਇੱਕੋ ਹੀ ਆ ਬਾਈ। ਜੀ 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 ਜੀ। ਅੱਛਾ ਬਾਈ ਜੀ, ਹਰ ਸਾਲ ਸੱਲੇ ਵੇਚਦੇ ਫਿਰ? ਹਾਂਜੀ ਹਾਂਜੀ। ਤੇ ਤੁਹਾਨੂੰ ਤਾਂ ਫਿਰ ਸੱਲੇ ਵਾਲੇ ਕਹਿੰਦੇ ਹੋਣੇ? ਹਾਂਜੀ, ਸੱਲੇ ਵਾਲੇ ਕੀਰਿੰਗ ਮੇਕਰ ਕਹਿੰਦੇ। ਕਿੰਨਾ ਸੱਲਾ ਬਣਾ ਲਿਆ ਹੁਣ ਤੱਕ ਜੀ? ਹੁਣ ਤੱਕ ਛੱਲਾ ਕਿੰਨਾ ਬਣਾ ਲਿਆ? ਬਣਾ ਲਿਆ ਹੋਊਗਾ, ਕੋਈ ਗਿਣਤੀ ਨਹੀਂ। ਕੋਈ ਗਿਣਤੀ ਨਹੀਂ। ਅੱਛਾ, ਹਾਂਜੀ ਹਾਂਜੀ, ਕੋਈ ਨਹੀਂ ਵੀਰੇ, ਧੰਨਵਾਦ ਤੁਹਾਡਾ ਬਹੁਤ ਬਹੁਤ ਹੈ ਨਾ। ਤੇ ਬਰਸੀ ਦੇ ਉੱਤੇ ਫਿਰ ਬੈਗ ਸੱਲੇ ਬੈਗ ਕਿੰਨੇ? ਪਤਾ ਕੀ ਗੱਲ ਆ, ਅਸੀਂ ਉਹ ਵੀ ਦੱਸ ਦੇਵਾਂਗੇ ਵੀ ਐਦਾਂ ਦਾ ਕੋਈ ਪੀਸ ਚਾਹੇ ਸਾਰਾ ਲੁਧਿਆਣਾ ਘੁੰਮਣੋਂ ਨਹੀਂ ਮਿਲੂਗਾ ਜੋ ਅਸੀਂ ਆਈਟਮ ਲੈ ਕੇ ਆਉਣੇ ਆ ਬਣਾ ਕੇ ਹਰੇਕ ਸਾਲ। ਉਹ ਵੀ ਇੱਕ ਵਾਰ ਘਰ ਘਰ ਪਹੁੰਚੇ ਸਾਡੇ ਚਮਕੀਲਾ ਜੀ ਦਾ। ਕਿੰਨੇ ਕਿਦਾ ਪੈਂਦਾ ਸੱਲਾ ਫਿਰ ਵੀ ਤੁਸੀਂ ਵੇਚਦੇ? ਕਿੰਨੇ ਕਿਦਾ ਵੇਚਦੇ? 50 ਰੁਪਏ ਦਾਂਗੇ। 50 ਰੁਪਏ ਦਾ ਔਰ ਪੈਂਦਾ ਸਿਰਫ 32 ਰੁਪਏ ਦਾ ਖਰਚਾ ਹੋਵੇ। ਕੋਈ ਟਾਈਮ ਸੀ 50 ਦੇ 3 ਦਿੰਦੇ ਤੇ? ਕੋਈ ਟਾਈਮ ਸੀ 50 ਦੇ 3 ਦਿੰਦੇ ਸੀ, ਹੁਣ ਜਿੱਦਾਂ ਸੀਟ ਮਹਿੰਗੀ ਹੋ ਗਈ, GST ਵਗੈਰਾ ਸਾਰਾ ਕੁਝ ਹੋ ਹਨਾ। ਅੱਛਾ, ਸੱਲੇ ਦੀ ਖੂਬੀਆਂ ਕੀ ਕੀ ਨੇ? ਖੂਬੀਆਂ ਸੱਲੇ ਦੇ ਵਿੱਚ ਇਹ ਨੇ ਵੀ ਇੱਕ ਤਾਂ ਅਸੀਂ ਆਮ ਚੈਨ ਨਹੀਂ ਵਰਤਦੇ ਜੀ, ਅਸੀਂ ਵਰਤਦੇ ਆ ਵਧੀਆ ਚੈਨ ਕੁੰਡੇ ਵਾਲੀ ਜਿਹੜੀ ਕਦੇ ਖਰਾਬ ਨਹੀਂ ਹੁੰਦੀ ਜੀ ਜੀ। ਔਰ ਇਹਦੇ ਵਿੱਚ ਅਸੀਂ 3D ਪਿਕਚਰ ਲਾਉਣੇ ਆਗੇ। ਅੱਛਾ, 3D? ਹਾਂਜੀ ਹਾਂਜੀ 3D। ਐਵੇਂ ਨਹੀਂ ਵੀ ਕੋਈ ਜਨਮ ਡੇਟ, ਹਾਂ ਵੀ ਕਾਗਜ਼ ਦੀ ਜੀ 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 ਵੀ ਕੋਈ ਕਾਗਜ਼ ਨਾਲ ਨਹੀਂ ਹੁੰਦਾ। 3D ਪਿਕ ਕਹਿੰਦੇ ਨੇ ਜਿਹਨੂੰ, ਉਹ ਲਵਾਉਣੇ ਆ ਔਰ ਸ਼ੀਟ ਡਬਲ ਕਰਾਉਣੇ ਆਗੇ। ਵਾਟਰਪ੍ਰੂਫ ਹੈ? ਹਾਂਜੀ ਵਾਟਰਪ੍ਰੂਫ ਹੈ ਜੀ, ਜੇ ਪਾਣੀ ਚ ਪਿਓ ਤੜਕੇ ਕੱਢ ਲਓ ਜਾਏ। ਕਿੰਨੇ? ਇਹ 50 ਰੁਪਏ ਦਾ ਜੀ 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 ਜੀ। ਤੇ ਸੱਲੇ ਹਰ ਸਾਲ ਮਾਡਲ ਬਦਲਦੇ ਨੇ ਫਿਰ? ਬਦਲਦੇ? ਹਾਂਜੀ ਬਦਲਦੇ ਨੇ ਜੀ ਜੀ। ਪਹਿਲਾਂ ਲਾਇਆ ਸੀ ਪੋਜ਼ ਜੀਦਾ ਲੱਕ ਮਨ ਲੱਗਣਾ ਜੀ 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 ਉਹ ਪੋਜ਼ ਜੀਦਾ ਜੀ ਜੀ। ਤੁਸੀਂ ਆਪ ਚਮਕੀਲਾ ਸਾਹਿਬ ਨੂੰ ਸੁਣਦੇ ਹੋ ਕਿ ਨਹੀਂ? ਹਾਂਜੀ ਮੈਂ ਸੁਣਦਾ। ਇਹ ਕਿਹ ਵੀ ਬਿਜ਼ਨਸ ਹੀ ਹੁੰਦਾ ਹੈ? ਅਸੀਂ ਪਿਓ ਪੁੱਤ। ਅੱਛਾ, ਦੋਨੇ ਪਿਓ ਪੁੱਤ ਤੋਂ? ਹਾਂਜੀ ਹਾਂਜੀ। ਅੱਛਾ, ਇੱਕ ਹੋਰ ਗੱਲ ਦੱਸ, ਚਿਹਰੇ ਤਾਂ ਤੁਹਾਡੇ ਮਿਲਦੇ ਲੱਗਦੇ ਨੇ। ਇੱਕ ਗੱਲ ਹੋਰ ਦੱਸ ਦਈਏ ਤੁਹਾਨੂੰ ਜੀ, ਇੱਕ ਆ ਚੀਜ਼ ਹੋਰ ਦੱਸ ਦਈਏ। ਹਾਂਜੀ, ਅੱਜ ਵਰਸੀ ਤੇ ਮੇਰਾ ਭਰਾ ਬੱਸ ਚਲਾਉਂਦਾ, ਪੰਜ ਸੱਪ ਦੀ ਉਹ ਮੇਰਾ ਚਾਚਾ ਪਣ ਬੱਸ ਦੀ, ਪਣ ਬੱਸ ਦੀ ਪੰਜ ਪੰਜਾਬ ਰੋਡ ਵੇ ਦੀ। ਹਾਂ, ਉਹ ਚਾਚਾ ਮੇਰਾ ਉੱਥੇ ਪਠਾਨਕੋਟ ਤੋਂ ਚੱਲਿਆ ਹੋਇਆ ਆ ਰਿਹਾ ਜੀ ਜੀ, ਔਰ ਮੇਰੇ ਦਾਦਾ ਜੀ ਆ ਰਹੇ ਨੇ, ਮੈਂ ਆ ਰਿਹਾ, ਮੇਰੇ ਡੈਡੀ ਜੀ ਆ ਰਹੇ ਨੇ। ਇਹਦਾ ਮਤਲਬ ਸੱਲਿਆਂ ਦਾ ਕੰਮ ਨਹੀਂ ਹੈਗਾ, ਆਪਣੀ ਸਰਦਾ ਵੀ ਇੱਕ। ਹਾਂ ਬਸ ਸਰਦਾ ਵੀ ਇੱਕ, ਸਰਦਾ ਗਿਆ ਜਿਹਨੂੰ ਇਹਦੇ ਵਹਿਦੇ ਸੱਟੀਆਂ ਉਹਨੇ ਖੜਾਉਣੀਆਂ ਨੇ ਹੋਰ ਤਾਂ ਸੱਟੀਆਂ ਉਹਨੇ ਖੜਾਉਣੀਆਂ। ਅੱਛਾ ਜੀ, ਹਾਂਜੀ ਹਾਂਜੀ, ਜਿਹੜੇ ਸੱਟੀਆਂ ਪੁਰਾਣੇ ਬਜ਼ੁਰਗ ਆਪਣੇ ਵੱਡੇ ਵੱਡੇ ਨੇ ਖੜਾਉਂਦੇ ਹੁੰਦੇ ਸੀ, ਪਹਿਲਾਂ ਮੱਥਾ ਉਰੇ ਟੇਕਣਾ ਸੀ ਉੱਥੇ ਟੇਕਣਾ, ਆਪਣੀ ਲਾਈਫ ਜਦੋਂ ਸ਼ੁਰੂ ਕਰਨੀ ਹੈ ਜੀ ਜੀ, ਸੁਹਾਗਰਾਤ ਬਾਅਦ ਚ ਹੀ ਮਨਾਉਣੀ ਹੈ। ਹਾਂਜੀ ਹਾਂਜੀ ਹਾਂਜੀ, ਕਹਿੰਦਾ ਜੱਟ ਚਮਕੀਲੇ ਵਰਗਾ ਤੂੰ ਬੀਬਾ ਅਮਰਜੋਤ ਵਰਗੀ, ਬਸ ਮੈਟਰ ਚੱਲਦਾ। ਅੱਛਾ, ਪੂਰਾ ਤਿਆਰ ਕਰਨਾ ਮੈਂ। ਅੱਛਾ ਬਾਈ ਜੀ, ਤੁਸੀਂ ਇਹਨਾਂ ਦੇ ਡੈਡੀ ਹੋ ਜੀ, ਹੈਨਾ ਜੀ ਜੀ, ਤੇ ਇਹਨਾਂ ਨੇ ਪਹਿਲਾਂ ਨਾਰਾਜ਼ਗੀ ਨਹੀਂ ਪ੍ਰਗਟ ਕੀਤੀ ਡੈਡੀ ਪੁੱਠੇ ਜਿਹੇ ਪਾਸੇ ਨੂੰ ਚਮਕੀਲਾ ਸੁਣੀ ਜਾਂਦਾ ਕਿ ਨਹੀਂ? ਅਸਲ ਤੇ ਘਰ ਦੇ ਵਿੱਚ ਮਾਹੌਲ ਇਹੋ ਜਿਹਾ ਹੁੰਦਾ ਸੀਗਾ। ਅੱਛਾ, ਹਾਂ ਚਮਕੀਲਾ ਸਰਿਆਮ ਨਹੀਂ ਵੱਜਦਾ ਸੀ ਘਰ ਦੇ ਵਿੱਚ, ਜੋ ਸੈਟਿੰਗ ਹੈ ਹਾਂ ਇਹ ਤਾਂ ਹੈ। ਲੇਡੀਜ਼ ਵਿਰੋਧ ਕਰਦੇ ਨਹੀਂ ਗਏ? ਜੀ ਜੀ ਬਿਲਕੁਲ, ਆ ਸਾਰਾ ਸਾਨੂੰ ਵੀ ਕਹਿੰਦੇ ਸੀ ਕਿ ਇੱਕ ਹੋਰ ਸਾਨੂੰ ਸੱਚਾਈ ਦੱਸ ਦਵਾਂ। ਜਿੰਨੇ ਚਮਕੀਲੇ ਦੇ ਸਰਦਾਰੂ ਨੇ ਕੋਈ ਇਹ ਗੱਲ ਨੂੰ ਮੰਨੇ ਨਾ ਮੰਨੇ, ਉਹਨਾਂ ਦੇ ਘਰੇ ਲੜਾਈ ਪੈਂਦੀ ਆ। ਕਿਹੜੇ ਬੋਲ ਰਿਹਾ ਮੈਨੂੰ ਤੁਰ ਪਿਆ? ਕੋਈ ਗੱਲ ਮੰਨੇ ਕੋਈ ਨਾ ਮੰਨੇ, ਜਿਹੜੇ ਚਮਕੀਲੇ ਦੇ ਸਰਦਾਰੂ ਨੇ ਘਰ ਦੇ ਪਰਿਵਾਰ ਨਹੀਂ ਕਹਿੰਦੇ ਵੀ ਤੁਸੀਂ ਕਿੱਧਰ ਨੂੰ ਜਾਵੋ। ਜਿਵੇਂ ਜਵਾਕ ਨੂੰ ਟਰੱਕ ਡਰਾਈਵਰੀ ਤੇ ਨਹੀਂ ਭੇਜਣਾ, ਵੀ ਟਰੱਕ ਨਹੀਂ ਸਿੱਖਣਾ, ਐ ਵਰਸੀ ਨੂੰ ਤਾਂ ਘਰੇ ਤਾਂ ਟੀਮੇ ਨੂੰ ਨਹੀਂ ਪਤਾ ਇਹ ਚੀਜ਼ਾਂ ਦਾ। ਕਈ ਤਾਂ ਝੂਠ ਬੋਲ ਕੇ ਆਉਂਦੇ ਹੈ। ਨਾ ਨਹੀਂ, ਸਾਡਾ ਤਾਂ ਹੁਣ ਪਤਾ ਲੱਗ ਗਿਆ, ਬਾੜ ਦੇ ਤਾਂ ਹੀ ਨਹੀਂ। ਹਾਂਜੀ ਹਾਂਜੀ, ਅਸੀਂ ਤਾਂ ਪੱਕੇ ਆ ਜੀ ਸਰ, ਜੀ ਜੀ ਤਾਰੀ ਟੈਂਪੂ ਵਾਲਾ ਦਲੇਲਗੜ ਪਿੰਡ ਜ਼ਿਲ੍ਹਾ ਸੰਗਰੂਰ ਜੀ ਜੀ ਜੀ, ਪੱਕੇ ਸਰਦਾਰੂ ਆ ਜੀ। ਪੱਕੇ ਸਰਦਾਰੂ? ਹਾਂ ਹਰ ਸਾਲ। ਕਿੰਨੇ ਸਾਲ ਹੋ ਗਏ ਆਉਂਦੇ ਨੂੰ? ਮੈਨੂੰ 32 ਸਾਲ ਹੋ ਗਏ। 32 ਸਾਲ ਹੋ ਗਏ? ਹਾਂਜੀ ਹਾਂ, ਪਹਿਲਾਂ ਤੋਂ ਸ਼ੁਰੂ ਤੋਂ ਹੀ 83 ਦੇ ਭੈਣ ਆ ਇਹਦੇ ਜੀ ਜੀ, 83 ਦੇ ਘਨੌਰ ਪਿੰਡ ਖੜ ਪਹਿਲਾਂ ਸੁਣਿਆ ਮੈਂ। ਅੱਛਾ, ਸਭ ਤੋਂ ਹੀ ਬਸ ਹੋ ਗਏ ਇਹਨਾਂ ਦੇ? ਹਾਂ ਹਾਂਜੀ। ਚਮਕੀਲਾ ਨੀ ਬਣ ਸਕਦਾ ਕੋਈ, ਦੁਨੀਆ ਭਾੜ ਲੋ। ਤੁਸੀਂ ਕਿੰਨੇ ਖੜੇ ਦੇਖੇ? ਮੈਂ 25-30 ਖੜੇ ਸੁਣੇ। 25-30 ਖੜੇ? ਹਾਂਜੀ।
ਕੰਮ ਕਰ ਛੱਡ ਕੇ ਫਿਰ ਖੜਾ ਦੇਖਣੀ ਹੁੰਦੀ ਸੀ ਟੈਂਪੂ ਸਵਾਰੀਆਂ ਵਾਲਾ ਘਰੇ ਖੜਾ ਜੀ ਅੱਜ ਵੀ ਪਰ ਮੈਂ ਇਹ ਦਿਨ ਨਹੀਂ ਛੱਡਦਾ ਜਿਹੜਾ ਟੈਂਪੂ ਘੂੜ ਜਿਹੜੇ ਹੁੰਦੇ ਸੀ ਮੂਹਰੋਂ ਪੀਲਾ ਜਿਹਾ ਉਹ ਟੈਂਪੂ ਆਪਣੇ ਕੋਲੇ ਪੱਕਾ ਜੀ ਉਹਦੇ ਵਿੱਚ ਵੀ ਲਾਇਆ ਹੋਣਾ ਡੱਕ ਫਿਰ ਹਾਂਜੀ ਹਾਂ ਪਹਿਲਾਂ ਡੱਕ ਕਿਹੜਾ ਲਵਾਇਆ ਸੀ ਪਹਿਲਾਂ ਚਮਕੀਲਾ ਸਾਹਿਬ ਦੇ ਲਈ ਅਸੋ ਹੀ ਲਵਾਇਆ ਸੀ ਘਰੇ ਫੋਟੋਆਂ ਲੱਗੀਆਂ ਜੀ ਘਰੇ ਫੋਟੋਆਂ ਵੀ ਲਈਆਂ ਹਾਂਜੀ ਪਹਿਲਾਂ ਕਰਦੇ ਇਤਰਾਜ਼ ਕਰਦੇ ਸੀ ਹੁਣ ਨਹੀਂ ਹੁਣ ਸਵੇਰੇ ਘਰ ਵਾਲੇ ਕਹਿੰਦੇ ਜਾਓ ਜੀ ਅਸਾ ਪਹਿਲਾਂ ਪਤਾ ਹੀ ਆ ਉਹਨਾਂ ਨੂੰ ਨਹੀਂ ਪਹਿਲਾਂ ਇਤਰਾਜ਼ ਦੇ ਵਿੱਚ ਕੀ ਗਾਲਾਂ ਨਹੀਂ ਕੱਢੀ ਚਮਕੀਲਾ ਨਾਲ ਗਾਲ ਨਹੀਂ ਕੱਢੀ ਕਹਿੰਦੇ ਕੀ ਕੰਮ ਆ ਪੁੱਠਾ ਫਲਾਨਾ ਟਮਕਾ ਮਖਾ ਜੀ ਇਹ ਗੱਲ ਤੋਂ ਨਾ ਰੁਕੋ ਬਾਕੀ ਰੁਕ ਜੋ ਚਮਕੀਲਾ ਸਾਹਿਬ ਬਰਸ ਹੀ ਨਹੀਂ ਛੱਡ ਸਕਦਾ ਜੀ ਜੀ ਇਹ ਤਾਂ ਬਾਈ ਜੀ ਜਿੰਨੇ ਵੀ ਇੱਥੇ ਆਉਂਦੇ ਆ ਨਾ ਮੰਗਣਾ ਛੱਡ ਸਕਦੇ ਆ ਕਿ ਬਰਸੀ ਨਹੀਂ ਛੱਡ ਬਿਆਨ ਜਾਂਦੇ ਜੀ ਅਸੀਂ ਰਿਸ਼ਤੇਦਾਰ ਦੇ ਵੀ ਅਸਾ ਪਰ ਬਰਸੀ ਨਹੀਂ ਛੱਡ ਔਰ ਜੇ ਫੈਨ ਫਾਲੋਇੰਗ ਦੀ ਗੱਲ ਕਰੀਏ ਚਮਕੀਲਾ ਸਾਹਿਬ ਦੀ ਅੱਜ ਵੀ ਗੱਲ ਕਰੀਏ ਬੱਚਾ ਬੱਚਾ ਫਿਰ ਵੀ ਅੱਜ ਵੀ ਚਮਕੀਲਾ ਜੀ ਨੂੰ ਜਾਣਦੇ ਨੇ ਦੇਖੋ ਸਾਡੀ ਤੀਜੀ ਪੀੜੀ ਚੱਲ ਪਹਿਲਾਂ ਦਾਦਾ ਜੀ ਨੇ ਸੁਣਿਆ ਹੁਣ ਡੈਡੀ ਨੇ ਸੁਣਿਆ ਹੁਣ ਮੈਂ ਸੁਣਿਆ ਹੁਣ ਮੇਰੇ ਬਲੱਡ 'ਚ ਸਿੰਗਿੰਗ ਚੱਲੀ ਜੋ ਸਟਾਈਲ ਬਾਈ ਦੀ ਕੋਲੇ ਤੀ ਕਿਸੇ ਕਲਾਕਾਰ ਦੇ ਕੋਲੇ ਨਹੀਂ ਆਉਣਾ ਕੱਟ ਕੇ ਗਾਣਾ ਤੂੰ ਬਿਠਾ ਉੱਥੇ ਹੀ ਮਾਰਦਾ ਸੀ ਜਿਹੜੀ ਸਾਹ ਪਰ ਉਹ ਚਮਕੀਲੇ 'ਚ ਨਹੀਂ ਬਣ ਸਕਦਾ ਚਮਕੀਲਾ ਸਾਹਿਬ ਨਹੀਂ ਕੋਈ ਬਣ ਸਕਦਾ।